इटली दे जिला ब्रेशिया दे सब तो पुराने गुरुद्वारा साहिब गुरुद्वारा सिंह सभा फलैरो दी नवी बन रही इमारत जिस ते लगभग 22 लाख यूरो दा खर्च होने दी उम्मीद प्रगटाई जा रही है। इस नवी बन रही इमारत लई अमरीका तो सिख कल्चर सोसाइटी रिचमंड हिल न्यूयॉर्क ते कैशियर सुखवीर सिंह ने पिछले दिनी गुरुद्वारा सिंह सभा फलैरो ब्रेशिया इटली दी नवी बन रही इमारत लई 21,000 यूरो भेट कीते हन जो कि बीते दिनी इटली विखे पुजे सन अते गुरुद्वारा सिंह सभा फलैरो ब्रेशिया इटली विखे नतमस्तक होए जिथे गुरुद्वारा साहिब दी प्रबंधकी कमेटी ने उन्हां दा सरोपा नाल सन्मान कीता अते चिन्ह भेट कीता। इस मौके उन्हां नवी बन रही इमारत ते दर्शन दीदारे भी कीते। उन्हां कहा कि विदेशां दी धरती उत्ते गुरुद्वारा साहिब दीआं सुंदर इमारतां देख के खुशी हुंदी है। इस मौके गुरुद्वारा साहिब दी प्रबंधकी कमेटी ने उन्हां दा धन्नवाद भी कीता अते नवी इमारत दे उद्घाटन मौके पुजन दी अपील भी कीती। इस मौके सुरेंद्रजीत सिंह पंडोरी मुख सेवादार बलकार सिंह घोड़े शाहवान वाइस प्रधान शरणजीत सिंह ठाकरी कैशियर अते जनरल सकत्तर स्वरण सिंह लालोवाल महिंदर सिंह माजरा निशान सिंह पदास भुपिंदर सिंह रवाली भगवान सिंह बलवीर सिंह सुखविंदर सिंह संत बाबा प्रेम सिंह यादगार कमेटी दे प्रधान अमरीक सिंह चौहान भगवान सिंह ब्रेशिया अते लंगर दे सेवादार मौजूद सन। इटली दे जिला ब्रेशिया जिथे गुरुद्वारा सिंह सभा फलैरो दी नवी बन रही इमारत जिस दे उत्ते तकरीबन 22 लाख यूरो दा खर्चा आ रहा है, इस संबंधी न्यूयॉर्क तो सुखबीर सिंह जी जिन्हां ने 21,000 यूरो गुरुद्वारा साहब नूं भेंट कीता है अज उह गुरुद्वारा साहब पहुंचे जिथे गुरुद्वारा साहब दी कमेटी ने उन्हां दा स्वागत कीता है। गल्लबात कर रहे सुखबीर सिंह जी नाल। ਵਾਹਿਗੁਰੂ ਜੀ ਕਾ ਖਾਲਸਾ। ਮੈਂ ਦਾਸ ਸੁਖਵੀਰ ਸਿੰਘ ਕੈਸ਼ੀਅਰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਤੇ ਔਰ ਸਾਰੇ ਪ੍ਰਬੰਧਕਾਂ ਵੱਲੋਂ ਤੁਹਾਡੇ ਇੱਥੇ ਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਦਿਲ ਬਹੁਤ ਖੁਸ਼ ਹੋਇਆ ਅਤੇ ਇਸ ਟਾਈਮ ਅਸੀਂ ਨਵੀਂ ਬਣ ਰਹੀ ਬਿਲਡਿੰਗ ਵਿੱਚ ਖੜ੍ਹੇ ਹਾਂ ਅਤੇ ਇੱਥੇ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਪੰਡੋਰੀ ਉਹਨਾਂ ਦੇ ਨਾਲ ਉਹਨਾਂ ਨੇ ਬਹੁਤ ਸਾਰੀ ਕਮੇਟੀ ਨਾਲ ਲੈ ਕੇ ਬਹੁਤ ਵੱਡੇ ਉਪਰਾਲੇ ਕਰਕੇ ਅਤੇ ਸੰਗਤਾਂ ਦੇ ਇਕੱਠ ਦੇ ਨਾਲ ਇਹ ਪਿੰਡ ਖੜੀ ਕੀਤੀ। ਗੁਰਮੇ ਕਿਰਪਾ ਕਰਨ ਇਹਨਾਂ ਦਿਨ ਰਾਤ ਚੰਗੀ ਤਰੱਕੀ ਦੇਣ ਅਤੇ ਗੁਰੂ ਦੇ ਮਹਿਲ ਇਸੇ ਤਰ੍ਹਾਂ ਸਜਦੇ ਰਹਿਣ। ਕੰਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਨੇ। ਜੋ ਵੀ ਰੁਪਈਆ ਡਾਲਰ ਨਿਊਯਾਰਕ ਤੋਂ ਲੈ ਕੇ ਆਏ ਨੇ ਮੈਂ ਦੇਖ ਰਿਹਾ ਵਾਂ ਕਿ ਉਹ ਇੱਕ ਇੱਕ ਡਾਲਰ ਜਿਹੜਾ ਵੀ ਇੱਥੇ ਲੱਗ ਰਿਹਾ ਨੇ ਅਤੇ ਮੈਨੂੰ ਆਹ ਸੀ ਕਿ ਆਉਣ ਵਿਸਾਖੀ ਦੇ ਆਉਣ ਤੱਕ ਖਾਲਸਾ ਸਾਜਨਾ ਦਿਵਸ 'ਤੇ ਇਹ ਗੁਰਦੁਆਰਾ ਦਾ ਹਾਲ ਜਿਹੜਾ ਹੈ ਉਹ ਸੰਗਤਾਂ ਨੂੰ ਸਮਰਪਿਤ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਦਾਸ ਸੁਖਵੀਰ ਸਿੰਘ ਮੈਨੂੰ ਯਾਦ ਤੋਂ ਸਾਡੇ ਕੋਲ ਅੱਜ ਬ੍ਰੇਸ਼ੀਆ ਦੀ ਧਰਤੀ 'ਤੇ ਪਹੁੰਚੇ ਨੇ। ਦਾਸ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀਆਂ ਕਹਿੰਦਾ ਹੈ ਕਿਉਂਕਿ ਕੋਵਿਡ ਦੀ ਵਜ੍ਹਾ ਕਰਕੇ ਇੱਥੇ ਥੋੜ੍ਹਾ ਜਿਹਾ ਸੰਗਤਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਸੀਗਾ ਕੋਵਿਡ ਦੀ ਵਜ੍ਹਾ ਕਰਕੇ। ਤੁਹਾਨੂੰ ਪਤਾ ਸਾਰੇ ਵਰਲਡ 'ਚ ਕੋਵਿਡ ਦੀ ਬੜੀ ਮਾਰ ਪਈ ਸੀ ਤੋ ਇਸ ਬਿਲਡਿੰਗ ਨੂੰ ਕੰਪਲੀਟ ਕਰਨ ਲਈ ਥੋੜ੍ਹੀ ਮਾਇਆ ਦੀ ਕਮੀ ਪਾਈ ਜਾ ਰਹੀ ਸਾਡੇ ਕੋਲ ਤੋ ਇੱਥੋਂ ਸਾਡੀ ਪ੍ਰਬੰਧਕ ਕਮੇਟੀ ਨੇ ਸਲਾਹ ਦੇ ਨਾਲ ਕਰਕੇ ਨਿਊਯਾਰਕ ਭਾਈ ਸਾਹਿਬ ਉਹਨਾਂ ਨਾਲ ਲਿੰਕ ਕਰਕੇ ਉੱਥੇ ਪਹੁੰਚੇ। ਸੋ ਇਹਨਾਂ ਦਾ ਬਹੁਤ ਸਾਨੂੰ ਸਹਿਯੋਗ ਰਿਹਾ ਆ। ਇਹਨਾਂ ਨੇ ਇਹਨਾਂ ਦੇ ਬ੍ਰਦਰ ਉੱਥੇ ਬਾਬਾ ਪ੍ਰੇਸ ਕਮੇਟੀ ਦੇ ਪ੍ਰਧਾਨ ਨੇ ਆਪ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕੈਸ਼ੀਅਰ ਦੀ ਡਿਊਟੀ ਨਿਭਾਉਂਦੇ ਨੇ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਤਕਰੀਬਨ 2 ਲੱਖ ਡਾਲਰ ਜਿਹੜਾ ਉੱਥੋਂ ਹੋਇਆ ਸੀਗਾ। ਸੋ ਦਾਸ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਉੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਭਾਈ ਸਾਹਿਬ ਦਾ ਧੰਨਵਾਦ ਕਰਦਾ। ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ। ਅਸੀਂ ਇਹ ਸਾਰੀ ਉੱਥੋਂ ਦੀ ਨਿਊਯਾਰਕ ਦੀ ਦੋਵਾਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ, ਜਿਸ ਵੇਲੇ ਅਸੀਂ ਉਦਘਾਟਨ ਕਰਾਂਗੇ ਅਸੀਂ ਇਹਨਾਂ ਨੂੰ ਸਪੈਸ਼ਲ ਤੌਰ 'ਤੇ ਸੱਦਾ ਪੱਤਰ ਭੇਜਾਂਗੇ ਅਤੇ ਆਸ ਕਰਦੇ ਹਾਂ ਕਿ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਕੋਲ ਉਦਘਾਟਨ ਦੇ ਮੌਕੇ ਜ਼ਰੂਰ ਪਹੁੰਚਣ, ਕਿਉਂਕਿ ਅਸੀਂ ਜਦੋਂ ਬਿਲਡਿੰਗ ਦੇ ਉਦਘਾਟਨ ਕਰਨਾ ਹੈ ਇਹ ਵੀ ਆ ਕੇ ਦੇਖਣ ਵੀ ਜੋ ਇਹਨਾਂ ਦਾ ਦਿਲ ਖੋਲ ਸਾਨੂੰ ਇਹਨਾਂ ਨੇ ਸਾਡੀ ਗੁਰਦੁਆਰਾ ਸਾਹਿਬ ਬਿਲਡਿੰਗ 'ਚ ਹਿੱਸਾ ਪਾਇਆ ਉਹ ਆ ਕੇ ਦੇਖਣ ਵੀ ਆ ਕੇ ਵੀ ਕਿਸ ਤਰ੍ਹਾਂ ਸਾਨੂੰ ਸ਼ੌਕ ਯੂਰਪ ਦੀ ਧਰਤੀ 'ਤੇ ਇੱਕ ਵਧੀਆ ਛਾਣ ਦਾ ਸਾਡੀ ਉਸਾਰੀ ਹੋਈ ਆ। ਸੋ ਅਰਦਾਸ ਬੇਨਤੀ ਕਰੇਗਾ ਵੀ ਸਾਡੇ ਕੋਲ ਜ਼ਰੂਰ ਪਹੁੰਚੋ। ਸਾਨੂੰ ਆਸ ਹੈ ਵੀ ਅਸੀਂ ਵਿਸਾਖੀ ਅਤੇ ਜੇ ਪਹਿਲਾਂ ਵੀ ਤਿਆਰ ਹੋ ਜਾਏਗਾ ਤਾਂ ਸਾਨੂੰ
ਵਿਸਾਖੀ ਦਾ ਇਲਾਜ ਕਰਨਾ ਹੈਗਾ ਕਿਉਂਕਿ ਸਾਨੂੰ ਆਸ ਹੈ ਵੀ ਅਸੀਂ ਸਾਡੀ ਗੱਲ ਜਿਹੜੀ ਆ ਉਹ ਪਹਿਲਾਂ ਕੰਪਲੀਟ ਕਰ ਲੈਣੀ ਹੈ ਅਤੇ ਜੇਕਰ ਜਨਵਰੀ 'ਚ ਹੋ ਗਿਆ ਤਾਂ ਫਿਰ ਗੁਰੂ ਗੋਬਿੰਦ ਸਾਹਿਬ ਪ੍ਰਕਾਸ਼ ਦਿਹਾੜੇ 'ਤੇ ਕੋਸ਼ਿਸ਼ ਕਰਾਂਗੇ ਜੇ ਥੋੜ੍ਹਾ ਵਿੱਚ ਕੋਈ ਕੰਮ ਰਹਿ ਗਿਆ ਅਤੇ ਆਉਣ ਵਾਲੀ ਵਿਸਾਖੀ ਦੇ ਖਾਲਸਾ ਸਾਜਨਾ ਅਤੇ ਉਸਦੇ ਮੌਕੇ ਦੇ ਉੱਪਰ ਜੇ ਸਮੇਂ ਆਪਾਂ ਨਗਰ ਕੀਰਤਨ ਕੱਢਦੇ ਹਾਂ ਅਪਰੀਸ਼ੀਆ ਦੇ ਵਿੱਚ ਉਸ ਸਮੇਂ ਇਸ ਨਵੀਂ ਬਿਲਡਿੰਗ ਦਾ ਉਦਘਾਟਨ ਆਪਾਂ ਕਰਾਂਗੇ ਬਾਕੀ ਪ੍ਰਬੰਧਕ ਕਮੇਟੀ ਦੇ ਸਾਰੇ ਸਹਿਯੋਗ ਨਾਲ ਆਪਾਂ ਵਿਚਾਰ ਕਰਕੇ ਤੁਹਾਨੂੰ ਸਾਰਾ ਪ੍ਰੋਗਰਾਮ ਦੱਸਦੇ ਹਾਂ। ਕੋਈ ਸਨ ਗੁਰਦੁਆਰਾ ਸਿੰਘ ਸਭਾ ਪਲੈਰੋ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸੁਖਬੀਰ ਸਿੰਘ ਜੀ ਦਾ ਪਹਿਲਾਂ ਗੁਰਦੁਆਰਾ ਸਾਹਿਬ ਕਰਕੇ ਸਨਮਾਨ ਕੀਤਾ ਉਹਨਾਂ ਨੂੰ ਜੈ ਆਖਿਆ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸੋਹਣੀ ਇਮਾਰਤ ਜਿਹੜੀ ਕਿ ਤਿਆਰ ਬਰ ਤਿਆਰ ਹੋ ਰਹੀ ਹੈ ਗੁਰਦੁਆਰਾ ਸੰਗਤਾਂ ਲਈ ਜਲਦੀ ਹੀ ਇਸਦਾ ਉਦਘਾਟਨ ਕੀਤਾ ਜਾਏਗਾ। ਮਿਲਾਨ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ।